ਆ ਡੇਵਿਡ ਲਿਮੇਟੀ ਸਭ ਨਾ ਕਰਦੇ ਆ ਖੈਰ ਮੌਕੇ ਦੇ ਉੱਤੇ ਹੁਣ ਅਸੀਂ ਆਰਫ ਰਾਨੀ ਸਾਹਿਬ ਨਾਲ ਕੀਤਾ ਤੇ ਉਹ ਪਹਿਲਾਂ ਵੀ ਕਹ ਰਹੇ ਸੀਗੇ ਅਸੀਂ ਰਿਫਾਰਮਸ ਕਰ ਰਹੇ ਹਾਂ ਬਿਲ ਰਿਫਾਰਮਸ ਹੁਣ ਦੁਬਾਰਾ ਫਿਰ ਜਸਟਿਸ ਹੋਣ ਚੋ ਕਹਿੰਦੇ ਜੀ ਅਸੀਂ ਨਵੇਂ ਕਾਨੂੰਨ ਲੈ ਕੇ ਆ ਰਹੇ ਹਾਂ ਸਾਨੂੰ ਕੰਜ਼ਰਵੇਟਿਵ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ ਸੋ ਕੀ ਲੱਗਦਾ ਤੁਹਾਨੂੰ ਕਾਨੂੰਨ ਸਖਤ ਨਹੀਂ ਹੋਏ ਜਾਂ ਤੁਹਾਡੇ ਵੱਲੋਂ ਕੋਈ ਸਹਿਯੋਗ ਨਹੀਂ ਹੋ ਰਿਹਾ ਉਹਨਾਂ ਨੂੰ ਦੇਖੋ ਜੀ ਇਹ ਉਹੀ ਜਸਟਿਸ ਮਿਨਿਸਟਰ ਆ ਵੀ ਜਦੋਂ ਸਪਸਤ ਪਹਿਲਾਂ ਤਾਂ ਇਹੀ ਕਹਿੰਦੇ ਸੀ ਕਿ ਉਹ ਕਹਿੰਦਾ ਸੀ ਵੀ ਨਹੀਂ ਕ੍ਰਾਈਮ ਨਹੀਂ ਵੱਧ ਰਿਹਾ ਵੀ ਲੋਕ ਨੂੰ ਉਦਾਂ ਹੀ ਲੱਗਦਾ ਵੀ ਕ੍ਰਾਈਮ ਵੱਧ ਗਿਆ ਵੀ ਲੋਕਾਂ ਦਾ ਦਿਮਾਗ ਚੀ ਆ ਪਰ ਅਸਲੀ ਕਲਾਈਮ ਨਹੀਂ ਵਧਿਆ ਫਿਰ ਜਦੋਂ ਆਬੀਸਲੀ ਉਹਦੇ ਬੈਕਲੈਸ਼ ਬਹੁਤ ਜ਼ਿਆਦਾ ਹੋਈ ਇਸ ਗੱਲ ਤੋਂ ਬਿਕਾਜ਼ ਲੋਕਾਂ ਨੂੰ ਵੀ ਪਤਾ ਵੀ ਕੈਨੇਡੀਅਨਸ ਨੂੰ ਪਤਾ ਕਿੰਨਾ ਜ਼ਿਆਦਾ ਕ੍ਰਾਈਮ ਵਧਿਆ ਵਾਇਲੈਂਟ ਕ੍ਰਾਈਮ ਵਧਿਆ ਹੈ ਮਰਡਰਸ ਆਪ ਡਰਗ ਯੂ نو ਡਰਗ ਕੇਸਿਸ ਆਰ ਆਪ ਤੇ ਗੈਂਗਸਟਰイズਮ ਇਸ ਆਪ ਤੇ ਐਕਸਟਰਸ਼ਨ ਕਿੰਨੀ ਵਧੀ ਹੋਈ ਆ ਤੇ ਫਿਰ ਅਸੀਂ ਈਵਨ ਜਿਹੜਾ ਮੈਂ ਬਿਲ ਲਿਆਂਦਾ ਸੀਗਾ 3ID1 ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਐ ਐਕਸਟਰਸ਼ਨ ਕੇਸਸ ਦੇ ਵਿੱਚ ਜਿਹੜੇ ਵੀ ਕੋਈ ਐਕਸਟਰਸ਼ਨ ਵਾਸਤੇ ਕਨਵिक्ट ਹੁੰਦਾ ਐਸ ਵੇਲੇ ਕੋਈ ਮਿਨਿਮਮ ਪੈਨਲਟੀ ਹੈ ਹੀ ਨਹੀਂ ਸੋ ਅਸੀਂ ਇਹ ਬਿੱਲ ਆਂਦਾ ਸੀਗਾ ਵੀ ਐਲੀਸ ਘੱਟੋ ਘੱਟ 3 ਸਾਲ ਮਿਨਿਮਮ ਐਕਸਟਰਸ਼ਨ ਵਾਸਤੇ 4 ਸਾਲ ਜੇ ਤੁਸੀਂ ਐਕਸਟਰਸ਼ਨ ਦੇ ਵਿੱਚ ਗਨ ਵਰਤਦੇ ਹੋ ਤੇ 5 ਸਾਲ ਜੇ ਤੁਸੀਂ ਐਕਸਟਰਸ਼ਨ ਕਰਦੇ ਹੋ ਕੋਈ ਗੈਂਗ ਦੇ ਨਾਲ ਜੋ ਕੋਈ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਪਰ ਅਨਫੋਰਚਨਟਲੀ ਜਿੰਨੇ ਵੀ ਲਿਬਰਲ ਮੈਂਬਰ ਆਫ ਪਾਰਲੀਮੈਂਟ ਨੇ ਤੇ ਸਾਰੇ ਐਨਡੀਪੀ ਮੈਂਬਰਸ ਆ ਪਰਲਮੈਂਟ ਦੋਨੋਂ ਪਾਰਟੀਆਂ ਨੇ ਰਲ ਕੇ ਇਸ ਬਿਲ ਨੂੰ ਡਿਫੀਟ ਕੀਤਾ ਸੋ ਅਨਫੋਰਚਨਟਲੀ ਜਦੋਂ ਸਖਤ ਸਜ਼ਾ ਦੇਣ ਦੀ ਗੱਲ ਹੁੰਦੀ ਆ ਉਦੋਂ ਰੈਬਲ ਤੇ ਐਨਡੀਪੀ ਰਲ ਕੇ ਇਹ ਇਹ ਜੇ ਬਿਲਸ ਨੂੰ ਡਿਫੀਟ ਕਰ ਦਿੰਦੇ ਆ ਦ బిਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ